ਸਰਕਾਰ ਕਹਿੰਦੀ ਸਾਨੂੰ ਪਾਣੀ ਦੇ ਦਿਓ, ਹੁਣ ਅਸੀਂ ਕਹਿੰਦੇ ਲੈਣਾ ਸਰਕਾਰ ਨੂੰ ਲੈਣਾ ਪਾਣੀ, ਹੁਣ ਕਹਿੰਦੇ ਨਾ ਨਾ ਜੀ ਸਾਨੂੰ ਨਾ ਦਿਓ ਜੀ। ਮਤਲਬ ਅਸੀਂ ਡੁੱਬਣ ਵਾਸਤੇ ਰੱਖੇ ਹੋਏ ਯਾਰ, ਮਤਲਬ ਹਿਮਾਚਲ ਕਹਿੰਦਾ ਸਾਨੂੰ ਪਾਣੀ ਦੇ ਦਿਓ ਪਰ ਉੱਤੋਂ ਛੱਡੀ ਜਾਂਦੇ ਆ, ਹੁਣ ਰੱਖ ਲਓ ਪਾਣੀ ਆਪਦਾ ਜਿੱਥੇ ਹੈਗਾ ਤੁਹਾਡੇ ਕੋਲ। ਇਹ ਕੋਈ ਗੱਲ ਹੈ? ਕੱਲ੍ਹ ਨੂੰ ਤੁਸੀਂ ਲੜੋਗੇ ਮੈਨੂੰ 7.19% % ਹਿੱਸਾ ਮੇਰਾ ਪਾਣੀ 'ਚ ਬਣਦਾ, ਹਰਿਆਣਾ ਕਹੂਗਾ ਮੇਰਾ ਇੰਨਾ ਬਣਦਾ, ਰਾਜਸਥਾਨ ਕਹੂਗਾ ਮੇਰਾ ਇੰਨਾ ਬਣਦਾ। ਤਾਂ ਮਤਲਬ ਹਿੱਸਾ ਮੰਗਣ ਵੇਲੇ ਆ ਜਾਂਦੇ ਹੋ, ਡੁੱਬਣ ਵੇਲੇ ਅਸੀਂ ਇਕੱਲੇ, ਇਹ ਨਹੀਂ ਚੱਲੂਗਾ। ਇਹਨੂੰ ਚਾਹੇ ਤੁਸੀਂ ਰਾਜਨੀਤਿਕ ਬਿਆਨ ਕਹਿ ਲਓ, ਚਾਹੇ ਇੱਕ ਦਿਲੋਂ ਪੰਜਾਬ ਨੂੰ ਪਿਆਰ ਕਰਨ ਵਾਲੇ ਬੰਦੇ ਦਾ ਬਿਆਨ ਕਰੋ ਕਿ ਡੁੱਬਣ ਵੇਲੇ ਅਸੀਂ, ਅਤੇ ਬਾਕੀ ਹੁਣ ਹੁਣ ਮੰਗੇ ਹਰਿਆਣਾ ਪਾਣੀ, ਹੁਣ ਮੰਗੇ ਰਾਜਸਥਾਨ ਪਾਣੀ ਸਾਥੋਂ, ਹੁਣ ਮੰਗੇ ਹਿਮਾਚਲ ਸਾਥੋਂ ਹਿੱਸਾ। ਉਹ ਕਹਿੰਦੇ ਸਾਡੇ ਕੋਲ ਤਾਂ ਆਉਂਦਾ ਜੀ, ਫਿਰ ਰੋਕ ਲਓ ਵੀ ਜੇ ਰੋਕ ਸਕਦੇ ਹੋ। ਊਂ ਪੈਸੇ ਅਸੀਂ ਪੈਸੇ ਲਵਾਂਗੇ, ਜਿਹੜਾ ਪਾਣੀ ਆਉਂਦਾ ਉਹਦੇ ਸੈੱਸ ਲਵਾਂਗੇ, ਅਤੇ ਜਿਹੜਾ ਅਸੀਂ ਆਉਂਦਾ ਉਹ ਤੁਹਾਡਾ ਜੀ, ਮਰੋ ਖਪੋ। ਔਰ ਜੋ ਇਹ ਮਜ਼ਾਕ ਕੀਆ ਹੈ ਕਿ ਵੈਸੇ ਤੋਂ ਕਹਿੰਦੇ ਹੈ ਪਾਣੀ ਨਹੀਂ ਹੈ, ਪਾਣੀ ਦੇ ਦਿਓ, ਪਾਣੀ ਦੇ ਦਿਓ, ਪਾਣੀ ਕਿਉਂ ਨਹੀਂ ਲੈਂਦੇ? ਅਬ ਉਨਕੇ ਬਸ ਕਾ ਨਾ ਤੋ ਪਾਣੀ ਦੇਣਾ ਹੈ ਨਾ ਪਾਣੀ ਭੇਜਣਾ ਹੈ, ਪਾਣੀ ਨੈਚੁਰਲ ਫਲੋ ਸੇ ਆਤਾ ਹੈ। ਕਿਆ ਜੋ ਬਨੀ ਹੋਈ ਅਧੂਰੀ ਐਸਓਇਲ ਹੈ ਇਸਮੇ ਪਾਣੀ ਨਹੀਂ ਆਇਆ? ਕਿਆ ਬਹੁਤ ਪਾਣੀ ਆਇਆ ਇਸ ਬਨੀ ਅਧੂਰੀ ਬਨੀ ਹੋਈ ਐਸਓਇਲ ਤੋਂ, ਹਮਾਰੀ ਰੀਤ ਬਨ ਗਈ ਹੈ। ਤੋ ਪੰਜਾਬ ਕਾ ਜੋ ਪਾਣੀ ਉਸ ਇਲਾਕੇ ਕਾ ਵਰਸ਼ਾ ਕਾ ਜਾਂ ਵਹਾਂ ਜੋ ਨਾਲੇ ਥੇ ਵੋ ਬਹਿ ਕਰਕੇ ਐਸਓਇਲ ਮੇਂ ਆਇਆ, ਐਸਓਇਲ ਨੇ ਬੋਰ ਫਲੋ ਕੀਆ ਤੋ ਹਮਾਰਾ ਅੰਬਾਲਾ ਜ਼ਿਲ੍ਹਾ ਡੂਬਾ, ਕੁਰੂਕਸ਼ੇਤਰ ਜ਼ਿਲ੍ਹਾ ਡੂਬਾ, ਇਹ ਦੋ ਜ਼ਿਲ੍ਹੇ ਕੇਵਲ ਉਸ ਜੋ ਅਧੂਰੀ ਐਸਓਇਲ ਹੈ ਉਸੇ ਕਾਰਨ ਸੇ ਡੂਬੇ। ਲੇਕਿਨ ਹਮਨੇ ਉਨਕੋ ਬਲੇਮ ਨਹੀਂ ਦੀਆ, ਕਿਉਂਕਿ ਉਹ ਤੋਂ ਇੱਕ ਨੈਚੁਰਲ ਫਲੋ ਪਾਣੀ ਕਾ ਹੋਤਾ ਹੈ। ਅਬ ਨੈਚੁਰਲ ਫਲੋ ਅਗਰ ਮੰਨ ਲਓ ਯੇ ਨੁਕਸਾਨ ਕਰਨੇ ਕੀ ਬਾਤ ਆਤੀ ਤੋ ਇਹ ਕੌਨ ਸਾ ਸਿਧਾਂਤ ਹੈ ਕਿ ਹਮ ਆਪਣੇ ਜ਼ਿਲ੍ਹੇ ਡੁਬੋਏਂਗੇ ਔਰ ਫਿਰ ਉਨਕੋ ਦਿੱਲੀ ਕੋ ਡੁਬੋਏਂਗੇ? ਅਬ ਐਸਾ ਤੋ ਨਹੀਂ ਹੋ ਸਕਤਾ ਹਮ ਕਹੇਂਗੇ ਹਮ ਤੋ ਮਰੇ ਸਨਮ ਤੁਮੇ ਵੀ ਲੈ ਕੇ ਡੁਬੇਂਗੇ। ਹਮਾਰਾ ਏਰੀਆ ਦਿੱਲੀ ਸੇ ਜ਼ਿਆਦਾ ਲਗਤਾ ਹੈ ਜਮੁਨਾ ਪਰ, ਯੇ ਇਤਨੀ ਸਮਝ ਉਨਕੋ ਹੋਣੀ ਚਾਹੀਏ ਕਮ ਸੇ ਕਮ ਇਸ ਪ੍ਰਕਾਰ ਕਾ ਬਿਆਨ ਦੇਣੇ ਸੇ ਪਹਿਲੇ। ये नहीं पता कि उन लोगों की टीम ने ये बयान तैयार किया हो, कोई भी एक मंत्री आया कि हरियाणा को बदनाम करना है, हरियाणा ऐसे बदनाम नहीं होगा। हरियाणा की हमारी अपनी एक पहचान भी है, हरियाणा का स्वभाव भी है, हरियाणा किसी को नुकसान नहीं पहुँचाता।